ਉਹ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੋਲੋਂ ਕੀ ਚੀਜ਼ ਮੰਗਦੇ ਹੁੰਦੇ ਹੋ? ਬਸ ਤੇ ਚਾਹੁੰਦੇ ਹਾਂ ਪੁਲ ਚਾਹੀਦਾ ਆਸ਼ੀਰਵਾਦ ਬਾਰ ਕੱਪੜੇ ਵਾਸਤੇ ਮਾਰਾ ਜੀ। ਅੱਛਾ ਜੀ, ਦਿੱਕਤ ਨਹੀਂ ਹੋਣਾ ਚਾਹੀਦੀ ਪਰ ਖਤਰ ਹੀ ਤਾਂ ਹੈ। ਉਹ ਤੁਸੀਂ ਲੇਟ ਕੀ ਹੋਏ ਹੋ? ਡੇਢ ਕਿਲੋ ਸਾਹ ਦਾ ਹੋਏ ਕਿ ਨਾਲ ਇਹ ਬੜਾ ਪਾਣੀ ਹੈ। ਅੱਛਾ ਜੀ, ਮੇਰ ਸੇ ਵਜ੍ਹਾ ਕਰਨੇ ਆ ਦੋ ਦਿਨ ਹੋਈਏ ਅੰਦਰ ਡੈਡ ਬਾਡੀ ਦੇ ਮਾਰਚ ਚੁੱਕੀ ਨਹੀਂ ਡੈਡ ਬਾਡੀ ਨੇਰਾ ਨਹੀਂ ਹੋਈ ਸਾਰੇ ਬਹੁਤ ਪਾਣੀ ਦਾ ਦੋ ਦਿਨ ਇਸ ਲਈ ਡੈਡ ਬਾਡੀ ਹਮਾਰੀ ਯਹਾਂ ਪਰ ਰੁਕੀ ਹੈ ਘਰ ਮੇਂ। ਕਿਤਨੇ ਡੈਡ ਬਾਡੀ ਅੰਦਰ ਰਹੀ? ਦੋ ਦਿਨ ਹੋ ਗਏ। ਔਰ ਅੱਜ ਵੀ ਬੜਾ ਲੇਟ ਹੋ ਗਏ, ਪਾਂਚ ਵਜ ਗਏ ਪਾਣੀ ਬੋਏ ਨਾਲ ਇੱਥੇ ਕੈਸੇ ਪਾਰ ਕਰਨਾ। ਅੱਛਾ ਜੀ, ਬੜੀ ਮੁਸ਼ਕਿਲ ਦੀ ਗੱਲ ਹੈ। ਕੱਲ ਵੀ ਰੈਡ ਬਾਡੀ ਅੰਦਰ ਗਈ ਹੈ, ਕੱਲ ਦੀ ਵਰਖਾ ਲੱਗੀ ਹੋਈ ਹੈ, ਨਾ ਕੋਈ ਪੁੱਲ ਨਾ ਕੁਛ ਹੈਗੇ ਪਰਵਾਦੇ ਜਾਂ ਦੁਆਰ ਪਾਰ ਟੱਪਣਾ ਨਹੀਂ ਹੈ, ਕੋਈ ਸਹੂਲਤਾਂ ਨਹੀਂ ਹੈ। ਉਹ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੋਲੋਂ ਕੀ ਚੀਜ਼ ਮੰਗਦੇ ਜਾਂਦੇ ਹੋ? ਬਸ ਤੇ ਚਾਹੁੰਦੇ ਹਾਂ ਪੁੱਲ ਚਾਹੀਦਾ ਆਸ਼ੀਰਵਾਦ ਬਾਰ ਕੱਪੜੇ ਵਾਸਤੇ ਮਾਰਾ ਜੀ। ਅੱਛਾ ਜੀ, ਦਿੱਕਤ ਨਹੀਂ ਹੋਣਾ ਚਾਹੀਦੀ ਪਰ ਖਤਰ ਹੀ ਤਾਂ ਹੈ। ਉਹ ਤੁਸੀਂ ਲੇਟ ਕੀ ਹੋਏ ਹੋ? ਡੇਢ ਸਾਲ ਦਾ ਹੋਏ ਕਿ ਨਾਲ ਇਹ ਬੜਾ ਪਾਣੀ ਹੈ। ਅੱਛਾ ਜੀ, ਮੇਰ ਸੇ ਵਜ੍ਹਾ ਕਰਨੇ ਆ ਦੋ ਦਿਨ ਹੋਈਏ ਅੰਦਰ ਡੈਡ ਬਾਡੀ ਦੇ ਮਾਰਚ ਚੁੱਕੀ ਨਹੀਂ। ਮੇਰਾ ਨਾਮ ਵਿਕਰਮ ਸਿੰਘ ਹੈ, ਮੈਂ ਪੰਗਾਰਾ ਖਾਲਸਾ ਤੋਂ ਬਿਲੋਂਗ ਕਰਦਾ ਹਾਂ। ਸਭ ਤੋਂ ਪਹਿਲਾਂ ਮੀਡੀਆ ਵਾਲੋਂ ਤੋਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਜੋ ਆਪਣਾ ਕੀਮਤੀ ਟਾਈਮ ਨਿਕਾਲ ਕੇ ਹਮਾਰੇ ਪਾਸ ਤੁਹਾਡੇ ਸਾਰੇ ਦੇ ਲਈ ਜਾ ਕੇ ਪਹੁੰਚੇ ਹੋ। ਹਮਾਰੇ ਗਾਓ ਮੇਂ ਇੱਕ ਨੰਬਰ ਦਸ ਜੀ ਕੀ ਡੈਥ ਹੋਈ ਹੈ, ਡੈਥ ਹੋਏ ਹੋਏ ਦੋ ਦਿਨ ਹੋ ਗਏ। ਇੱਕ ਦਿਨ ਤੋਂ ਡੈਡ ਬਾਡੀ ਘਰ 'ਤੇ ਰੱਖੀ, ਬਾਰਿਸ਼ ਸੀ, ਬਾਰਿਸ਼ ਦਾ ਮੌਸਮ ਦਾ ਨਾਲਾ ਥਾ ਨਾਲ ਨੇ ਪਾਰਟੀ ਸੇ ਕੀ ਗੱਲ ਹੋਈ? ਤੁਸੀਂ ਕੁਛ ਜਾ ਰਹੇ ਅੱਛਾ, ਕਿੰਨੇ ਕਿੰਨੇ ਖੜ ਟੱਪੀ ਹੈ? ਅੱਛਾ, ਤੁਸੀਂ ਕੋਈ ਪੁੱਲ ਬਣਾਉਣ ਗੱਲ ਕੋਈ ਗੱਲ ਨਹੀਂ ਕੀਤੀ ਹੋਵੇ ਆਫਿਸ ਕੋਈ ਐਪਲੀਕੇਸ਼ਨ ਦਿੱਤੀ ਕੋਈ? ਅੱਛਾ ਜੀ, ਅੱਛਾ ਜੀ, ਹੁਣ ਤੁਸੀਂ ਕੀ ਆਖ ਜਾਂਦੇ ਸਰਕਾਰ ਕੋਲੋਂ ਕਿ ਅੱਛਾ ਜੀ ਆਂਟੀ ਡੈਥ ਕਦੋਂ ਦੀ ਹੋਦੀ ਹੈ?
पार्टी से क्या काम रही तो स्कूल से जा रहे हैं और जाने दफन उधर के सारे अच्छा फिर किए खड़ टप्पी है।